ਅਸਲਾਮੁਅਲੈਕੁਮ ਭਾਈ ਜੀ। ਭਾਈ ਜੀ, ਆ ਤੁਹਾਨੂੰ ਇੱਕ ਜੋੜਾ ਸੀ ਚੈੱਕ ਕਰਾਉਣਾ ਵਾ, ਸਾਡਾ ਜਿਹੜਾ ਜੋੜਾ ਲਾਇਆ ਵਾ, ਇਹ ਬੱਚੇ ਵੀ ਉਡਾਉਂਦੇ ਆ ਕਬੂਤਰੀ। ਕਬੂਤਰ ਦੀ ਕੁਆਲਿਟੀ ਵੀ ਤੁਹਾਨੂੰ ਦੱਸਾਂਗੇ ਕਿੱਦਾਂ ਜੋੜਾ ਲੱਗਦਾ ਵਾ ਅਤੇ ਕਿੱਦਾਂ ਲਾ ਕੇ ਛੱਡਿਆ ਹੋਇਆ ਵਾ ਮਸਲ। ਆਹ ਦੇਖੋ ਕਬੂਤਰੀ, ਇਹ ਕਬੂਤਰੀ ਅਸੀਂ ਉਡਾਈ ਵੀ ਹੋਈ ਆ, ਦੇਖੋ ਪੂਰੀ ਪੱਠੀ ਆ, ਠੀਕ ਆ ਜੀ। ਇਹਦਾ ਤੁਹਾਨੂੰ ਅਸੀਂ ਬੱਚਾ ਵੀ ਦੱਸਾਂਗੇ, ਇਹਦਾ ਰਿਜ਼ਲਟ ਵੀ ਦੱਸਾਂਗੇ ਤੁਹਾਨੂੰ ਸਾਰਾ ਕੁਛ ਹੀ, ਜਾਣ ਕੇ ਕਬੂਤਰ ਜਦੋਂ ਲਾਉਣਾ ਵਾ ਕਬੂਤਰ ਦੇ ਵਿੱਚ ਕੁਆਲਿਟੀ ਕੀ ਆ, ਜੋੜੇ ਲਾਏ ਤਾਂ ਬੱਚਾ ਉੱਡੂਗਾ ਕਿ ਨਹੀਂ ਉੱਡੂਗਾ, ਇਹ ਚੀਜ਼ ਤੁਹਾਨੂੰ ਦੱਸਣ ਲੱਗੇ ਅਸੀਂ। ਜਿਹੜੀ ਕਬੂਤਰੀ ਉੱਡਦੀ ਹੈ ਨਾ, ਯਾਨੀ ਕਿ ਲੰਮੀ ਹੋ ਕੇ, ਉਹਦੇ ਨਾਲ ਕਬੂਤਰ ਗੋਲ ਚੱਕਰੀਆ ਹਮੇਸ਼ਾ ਲਈਦਾ ਵਾ। ਜਦੋਂ ਕਬੂਤਰ ਗੋਲ ਚੱਕਰੀਆ ਲਾਉਂਗੇ ਨਾ, ਕਬੂਤਰ ਬੱਚੇ ਯਾਨੀ ਕਿ ਨਾ ਭੱਜਣਗੇ ਵੀ ਨਹੀਂ, ਦੁਕਾਰ ਦੇ ਵਿੱਚ ਉੱਡਣਗੇ, ਟਾਈਮ ਨਹੀਂ ਕਟਾਉਣਗੇ ਹੈਗੇ। ਆਹ ਦੇਖ ਲਓ ਜੀ, ਇਹਦੇ ਵਿੱਚ ਪੰਜੇ ਪੁੰਜੇ ਦੇਖ ਕੇ, ਹਰ ਚੀਜ਼ ਦੇਖ ਕੇ ਕਬੂਤਰ ਨੂੰ ਲਾਈ ਦੀ ਆ। ਅਸੀਂ ਕੋਈ ਸ਼ਿਕਾਰੀ ਕਹਿੰਦਾ ਜੀ ਕਿੱਦਾਂ ਕਿੱਦਾਂ ਨਹੀਂ, ਲੇਕਿਨ ਜੋੜਾ ਲਾਉਣ ਦਾ ਵੀ ਆਪਣਾ ਆਪਣਾ ਤਰੀਕਾ ਹੁੰਦਾ ਵਾ, ਠੀਕ ਆ। ਆਹ ਦੇਖੋ ਪੱਠੀ ਚੇਟਕੀ ਆ ਜੀ, ਬੂਰਨੋਕੀ। ਇਹ ਨਾਲ ਜਿਹੜਾ ਨਰ ਲਾਇਆ ਹੋਇਆ ਵਾ, ਉਹ ਵੀ ਤੁਹਾਨੂੰ ਮੈਂ ਦਿਖਾਉਂਦਾ ਕੱਢ ਕੇ। ਆਹ ਲਾਇਆ ਹੋਇਆ ਜੀ ਅਸੀਂ ਇਹਦੇ ਨਾਲ ਨਾ ਨਰ ਜਿਹੜਾ ਉਹ। ਆਹ ਦੇਖੋ ਬਿਲਕੁਲ, ਯਾਨੀ ਕਿ ਹਰ ਚੀਜ਼ ਕੁਆਲਿਟੀ ਦੇਖੀ ਆ। ਕਬੂਤਰੀ ਲੰਮੀ ਉੱਡਦੀ ਆ, ਕਬੂਤਰ ਦੇ ਪਰ ਦੇਖੋ ਜੀ। ਆਹ ਦੇਖੋ, ਆਹ ਪਰ ਦੇਖੋ, ਬਿਲਕੁਲ ਗੋਲ ਗੁਲਾਈ ਗੁਲਾਈ ਦੇ ਵਿੱਚ, ਬਹੁਤ ਕਬੂਤਰ ਦੇ ਗੋਲ ਚੱਕਰ ਆ ਜੀ। ਐਂ ਡੁੱਬ ਜਾਂਦਾ ਕਬੂਤਰ ਕਿ ਯਾਨੀ ਕਿ ਨਾ ਬੱਚੇ ਵੀ ਇਹਦੇ, ਪਹਿਲੇ ਨਾ ਅਸੀਂ ਝੋਲੀ ਇੱਕ ਲਈ ਸੀ, ਉਹ ਡੁੱਬਦੇ ਸੀ, ਫਿਰ ਕਰਕੇ ਇਹਦੇ ਨਾਲ ਕਬੂਤਰੀ ਲਈ ਆ। ਹੁਣ ਬੱਚੇ ਯਾਨੀ ਕਿ ਟਾਈਮ ਵੀ ਨਹੀਂ ਕਟਾਉਂਦੇ, ਡੁੱਬਦੇ ਵੀ ਨਹੀਂ। ਅੱਖ ਦਾ ਸ਼ੋਅ ਕਰੋ, ਦੇਖੋ ਜੀ ਇਹਦੀ ਅੱਖ, ਠੀਕ ਆ ਜੀ। ਇੱਧਰ ਵੀ ਅੱਖ ਦੇਖ ਲਓ ਜੀ, ਪੰਜੇ ਦੇਖ ਲਓ ਇਹਦੇ ਜੀ, ਗੌਰ ਕਰ ਲਓ, ਠੀਕ ਹੈ ਜੀ। ਕਬੂਤਰੀ ਵੀ ਮਰਦੀ ਵੀ ਤੁਹਾਨੂੰ ਦਿਖਾਉਂਦੇ। ਹਾਂ ਦੇਖੋ, ਜੋੜਾ ਲਾਇਆ ਸੀ ਬਿਲਕੁਲ ਨਾ ਇੱਕ ਕੁਆਲਿਟੀ ਇਹਨਾਂ ਦੇ ਵਿੱਚ ਦੇਖ ਕੇ, ਠੀਕ ਹੈ ਜੀ। ਪੰਜਿਆਂ ਵਾਲੋਂ ਵੀ, ਹਰ ਚੀਜ਼ ਵੱਲੋਂ, ਪਰਾਂ ਵਾਲੋਂ ਵੀ, ਠੀਕ ਹੈ ਜੀ। ਇਹਨਾਂ ਨੇ ਬੱਚਾ ਜਿਹੜਾ ਉਡਾਇਆ ਨਾ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਇੱਕ ਬੱਚਾ ਹੋਰ ਨਾ ਥੱਲੇ ਆ, ਉਹ ਲਈ ਛੋਟਾ ਵਾ, ਲੇਕਿਨ ਤੁਹਾਨੂੰ ਉਹਦਾ ਸ਼ੌਕ ਵੀ ਕਰਵਾ ਦਿੰਦਾ ਜੀ। ਹਾਂ ਦੇਖੋ, ਬੱਚੇ ਬਹੁਤ ਅੱਛੇ ਇਹਨਾਂ ਨੇ ਉਡਾਏ ਆ। ਹਾਂ ਦੇਖੋ, ਆ ਬੱਚਾ ਇਹਨਾਂ ਦਾ ਹੈ ਜੀ, ਨਿਗਾਹ ਜਿਹਾ ਜੀ, ਬਿਲਕੁਲ ਛੋਟਾ ਹਾਲੇ ਤੇ, ਠੀਕ ਆ। ਹਾਂ ਦੇਖੋ, ਆਹ ਦੇਖੋ, ਇਹ ਬੱਚਾ ਗੋਲ ਚੱਕਰੀ ਵਾਲਾ ਨਿਕਲਿਆ ਵਾ, ਯਾਨੀ ਕਿ ਟਾਈਮ ਟੂਮ ਨਾ ਇਹ ਨਹੀਂ ਕਟਾਉਣਗੇ। ਪੰਜੇ ਦੇਖ ਲਓ ਇਹਨਾਂ ਦੇ ਜੀ, ਬਰੀਕ ਬੱਚੇ ਆ, ਸਮਾਨ ਬਣ ਜਣਾ ਵਾ। ਬੱਚਾ ਵੀ ਨਾ ਇਸ ਜੋੜੇ ਦਾ ਹੀ ਆ, ਆਹ ਬੱਚਾ ਅਸੀਂ ਖੁਦ ਆਪ ਅੜਾਇਆ ਵਾ ਅਸੀਂ। ਆਹ ਬੱਚਾ, ਇਹ ਬੱਚਾ ਨਾ ਕਿਸੇ ਬੰਦੇ ਨੇ ਬਾਹਰ ਨਾ ਨਿਕਲ ਗਿਆ ਸੀਗਾ, ਬੱਚਾ ਡਿੱਗਿਆ ਲੇਟ, ਅਤੇ ਉਹਨੇ ਕਿਸੇ ਨੇ ਫੜ ਕੇ ਨਾ ਇਹ ਉੱਧੇ ਛੱਡ ਦਿੱਤਾ, ਉਹਦੇ ਕੋਲ ਲਿਆ ਕੇ। ਮੈਂ ਕਿਹਾ ਚੱਲ ਹੁਣ ਉਡਾਉਣਾ ਨਹੀਂ ਹੈਗਾ, ਫਿਰ ਨਾ ਕਿਤੇ ਚੱਲ ਜਾਏ ਨਾਲ ਦੇ ਪਿੰਡ। ਮੈਂ ਸ਼ਾਮ ਨੂੰ ਬੱਚਾ ਫੜ ਲਿਆ ਜੀ। ਬੱਚਾ ਦੇਖੋ, ਬੱਚੇ ਦੀ ਅੱਖ ਦੇਖੋ ਜੀ, ਦੇਖੋ ਗੋਰ ਨਾਲ, ਠੀਕ ਹੈ ਜੀ। ਇੱਧਰ ਵੀ ਅੱਖ ਦੇਖ ਲਓ, ਦੁੱਧ ਵਰਗੀ ਚਿੱਟੀ ਅੱਖ ਆ ਜੀ, ਦੇਖ ਲਓ। ਇਹਦੇ ਵਿੱਚ ਵੀ ਇਹ ਕੁਆਲਿਟੀ ਆ, ਨਾ ਇਹ ਯਾਨੀ ਕਿ ਉੱਪਰ ਡੁੱਬਦਾ ਵਾ, ਨਾ ਲੈਣਾ ਨਾ ਦੇਣਾ, ਠੀਕ ਆ। ਇਹ ਬੱਚਾ ਸਿਰਫ ਗਿਆ ਸਾਡੀ ਗਲਤੀ ਦੇ ਉੱਤੋਂ, ਉੱਥੋਂ ਬਸ ਨਾਲ ਦੇ ਕਬੂਤਰ ਇੱਕ ਆਇਆ ਤੋਰਾ ਕਰਕੇ, ਅਤੇ ਨਿਕਲ ਗਿਆ, ਅਤੇ ਅਸੀਂ ਕਿਹਾ ਚੱਲ ਆ ਜੂਗਾ, ਕੁਆਲ ਨਹੀਂ ਹੋਇਆ ਵਿਚਾਰੇ, ਨਿੱਕਾ ਬਹੁਤਾ ਸੀਗਾ। ਬੱਚਾ ਦੇਖ ਲਓ ਜੀ, ਇਹ ਤਾਂ ਛੱਡ ਕੇ ਦਿਖਾ ਰਿਹਾ। ਆਹ ਬੱਚਾ ਜੀ, ਆਹ ਇਸ ਬੱਚੇ ਦਾ ਮਾਂ ਪਿਓ ਆ ਜੀ, ਆ ਜਿਹੜਾ ਤੁਹਾਨੂੰ ਜੋੜਾ ਲੱਗਾ ਹੋਇਆ ਹੈ। ਬਹੁਤ ਚੰਗੇ ਬੱਚੇ ਉਡਾਉਂਦੇ ਆ ਜੀ, ਇਹ ਵੀ ਸਾਡੇ ਆਪਣੇ ਯਾਨੀ ਘਰ ਦੇ ਆ, ਬਹੁਤ ਡੇਰ ਤੋਂ ਵੀ ਕਬੂਤਰ ਰੱਖੇ ਹੋਏ ਚਿੱਟ ਕੇ।